ਬੀਤੇ ਦਿਨੀ ਪੰਜਾਬ ਸਕੂਲ ਐਜੂਕੇਸ਼ਨ ਸਿੱਖਿਆ ਬੋਰਡ ਵੱਲੋਂ 2023 ਦੇ 10ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚੋਂ ਪੰਜਾਬ ਭਰ ਵਿੱਚੋਂ ਮੁੰਡਿਆਂ ਨਾਲੋਂ ਕੁੜੀਆਂ ਨੇ ਬਾਜ਼ੀ ਮਾਰ ਕੇ ਫਿਰ ਆਪਣੀ ਅਹਿਮੀਅਤ ਦਾ ਪੂਰੀ ਦੁਨੀਆ ਵਿੱਚ ਅਹਿਸਾਸ ਕਰਵਾਇਆ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੀ ਪਿੰਡ ਮਢਾਲੀ ਦੀ ਹੋਣਹਾਰ ਵਿਦਿਆਰਥਣ ਹਰਮਨਦੀਪ ਕੌਰ ਨੇ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਭਰ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ, ਜਿੱਥੇ ਉਹਨਾਂ ਜ਼ਿਲ੍ਹਾ ਮਾਨਸਾ ਦਾ ਮਾਣ ਵਧਾਇਆ। ਉਸ ਨਾਲ ਮਾਨਸਾ ਜ਼ਿਲ੍ਹੇ ਉੱਪਰ ਲੱਗੇ ਪਛੜੇਪਣ ਦੇ ਅਤੇ ਅਨਪੜ੍ਹਪਣ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮਾਨਸਾ ਜ਼ਿਲ੍ਹੇ ਨੂੰ ਹਮੇਸ਼ਾ ਹੀ ਪੂਰੇ ਪੰਜਾਬ ਵਿੱਚੋਂ ਪਛੜਿਆ ਹੋਇਆ ਜ਼ਿਲ੍ਹਾ ਕਿਹਾ ਜਾਂਦਾ ਸੀ। ਪਰੰਤੂ ਬੀਤੇ ਕੁਝ ਰਿਜ਼ਲਟਾਂ ਨੂੰ ਦੇਖੀਏ ਤਾਂ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਮਿਆਰ ਵਿੱਚ ਆਪਣੇ ਝੰਡੇ ਗੱਡ ਕੇ ਪੂਰੇ ਪੰਜਾਬ ਭਰ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਉੱਥੇ ਹੀ ਪਿੰਡ ਮਢਾਲੀ ਦੇ ਸਮੁੱਚੇ ਵਾਸੀਆਂ ਨੇ ਆਪਣੀ ਇਸ ਹੋਣਹਾਰ ਬੱਚੀ ਦਾ ਬੜੀ ਹੀ ਗਰਮਜੋਸ਼ੀ ਅਤੇ ਢੋਲ ਦੇ ਦਗੇ ਉੱਤੇ ਸਵਾਗਤ ਕੀਤਾ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਆਪਣੀ ਇਸ ਬੱਚੀ ਦੀ ਖੁਸ਼ੀ ਵਿੱਚ ਹਿੱਸਾ ਪਾਇਆ ਗਿਆ। ਸਾਨੂੰ ਮਾਣ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਅਗਰ ਇਸੇ ਤਰ੍ਹਾਂ ਆਪਣੀ ਕਾਬਲੀਅਤ ਦਾ ਅਹਿਸਾਸ ਪੂਰੀ ਦੁਨੀਆ ਨੂੰ ਕਰਵਾਉਂਦੇ ਰਹਿਣਗੇ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਸ਼ਹਿਰ ਮਾਨਸਾ, ਜ਼ਿਲ੍ਹਾ ਮਾਨਸਾ ਵਿੱਚੋਂ ਉੱਭਰ ਰਹੇ ਵਿਅਕਤੀ, ਉੱਠੇ ਵਿਅਕਤੀ ਪੂਰੀ ਦੁਨੀਆ ਅਤੇ ਭਾਰਤ ਵਿੱਚ ਆਪਣੀ ਸਿੱਖਿਆ ਦੇ ਦਮ ਉੱਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਗੇ। ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਪੰਜਾਬ 'ਚੋਂ ਪੁਜ਼ੀਸ਼ਨ ਆਈ ਹੈ, ਅਤੇ ਬਹੁਤ ਮਿਹਨਤ ਕਰਨੀ ਪਈ ਤਾਂ ਹੀ ਇੱਥੋਂ ਤੱਕ ਪਹੁੰਚੇ ਆਈ। ਹਰਮਨਦੀਪ, ਪੜ੍ਹਾਈ ਦੌਰਾਨ ਕੋਈ ਟਿਊਸ਼ਨ ਵਗੈਰਾ ਵੀ ਰੱਖਦੇ ਹੋ? ਹਾਂਜੀ, ਟਿਊਸ਼ਨ ਰੱਖਣ ਦੀ ਕਦੇ ਵੀ ਲੋੜ ਨਹੀਂ ਪਈ। ਟੀਚਰਸ ਬਹੁਤ ਵਧੀਆ ਸੀ, ਸਟਾਫ ਬਹੁਤ ਵਧੀਆ ਸੀ, ਅਤੇ ਘਰੋਂ ਪੂਰਾ ਸਹਿਯੋਗ ਮਿਲਿਆ ਜੀ, ਅਤੇ ਸਾਰਾ ਧਿਆਨ ਪੜ੍ਹਾਈ ਵਿੱਚ ਲਾਇਆ ਜੀ। ਕੀ ਬਣਨ ਦਾ ਸੁਪਨਾ ਹਰਮਨਦੀਪ? IPS ਆਫਿਸਰ ਜੀ। ਇਸ ਦੇ ਲਈ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ? ਹਾਂਜੀ, ਮਿਹਨਤ ਜਿੰਨੀ ਵੀ ਹੋਈ ਉੱਨੀ ਕਰਾਂਗੇ ਜੀ, ਅਤੇ ਸੁਪਨਾ ਪੂਰਾ ਕਰਾਂਗੇ। ਹਰਮਨਦੀਪ, ਤੁਹਾਡੇ ਪਿੰਡ ਕਿਹੜੀ ਕਲਾਸ ਦਾ ਸਕੂਲ ਆ ਅਤੇ ਤੁਸੀਂ ਕਿੱਥੇ ਪੜ੍ਹਨ ਜਾਂਦੇ ਸੀ? ਸਾਡੇ ਪਿੰਡ ਬਸ 8ਵੀਂ ਕਲਾਸ ਤੱਕ ਦਾ ਸਕੂਲ ਸੀਗਾ, ਅਤੇ ਨੇੜੇ ਦੇ ਪਿੰਡ ਮੰਡਾਲੀ ਵਿੱਚ 10ਵੀਂ ਤੱਕ ਦਾ ਸਕੂਲ ਸੀਗਾ, ਤਾਂ 2 ਕਲਾਸਾਂ ਮੈਂ ਉੱਥੇ ਕੀਤੀਆਂ ਨੇ, ਅਤੇ ਉੱਥੋਂ ਦੇ ਹੈੱਡ ਸਰ ਸਾਨੂੰ ਆਪ ਇੱਥੋਂ ਘਰ 'ਤੇ ਲੈ ਕੇ ਜਾਂਦੇ ਰਹੇ ਜੀ। ਅੱਛਾ, ਕੀ ਕਹੋਗੇ ਜਿਹੜੀਆਂ ਹੋਰ ਲੜਕੀਆਂ ਨੇ ਉਹ ਪੜ੍ਹਾਈ ਦੇ ਵਿੱਚ ਨਹੀਂ ਧਿਆਨ ਦਿੰਦੀਆਂ, ਉਹ ਮੋਬਾਈਲਾਂ ਦੇ ਜਿਹੜਾ ਆਪਣਾ ਟਾਈਮ ਪਾਸ ਕਰਦੇ? ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਉਹਨਾਂ ਨੂੰ ਜਦੋਂ ਮਾਤਾ ਪਿਤਾ ਟੀਚਰ ਇੰਨੀ ਮਿਹਨਤ ਕਰਦੇ ਉਹਨਾਂ 'ਤੇ, ਤਾਂ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦੀ ਮਿਹਨਤ ਨੂੰ, ਸਫਲਤਾ ਨੂੰ ਅੱਗੇ ਲੈ ਕੇ ਆਉਣ ਅਤੇ ਉਹਨਾਂ ਨੂੰ ਉੱਚੇ ਮੁਕਾਮਾਂ ਤੱਕ ਪਹੁੰਚਾਉਣ, ਅਤੇ ਆਪਣਾ ਧਿਆਨ ਪੜ੍ਹਾਈ ਉੱਤੇ ਲਾਉਣਾ ਚਾਹੀਦਾ, ਕਿਉਂਕਿ ਹੁਣ ਤੱਕ 8ਵੀਂ, 10ਵੀਂ, 12ਵੀਂ ਦੇ ਜਿਹੜੇ ਵੀ ਨਤੀਜੇ ਆ ਸਾਰਿਆਂ ਵਿੱਚ ਕੁੜੀਆਂ ਅੱਗੇ ਰਹੀਆਂ ਨੇ। ਹਰਮਨਦੀਪ, ਇਹ ਉਮੀਦ ਸੀ ਤੁਹਾਡੇ ਹੋਰ ਵੀ ਕੰਪੀਟੀਟਰ ਹੋਣੀਆਂ ਲੜਕੀਆਂ, ਕੀ ਲੱਗਦਾ ਸੀ ਤੁਹਾਨੂੰ ਕੋਈ ਹੋਰ ਲੜਕੀ ਤੁਹਾਡੇ ਨਾਲੋਂ ਅੱਗੇ ਨਿਕਲ ਜੂਗੀ ਜਾਂ? ਇੱਕ ਵਾਰੀ ਮੇਰਾ ਕੰਪੀਟੀਸ਼ਨ ਆਪਣੇ ਆਪ ਨਾਲ ਹੀ ਸੀਗਾ ਜੀ, ਅਤੇ ਕਲਾਸ ਵਿੱਚ ਸਾਰੇ ਬੱਚੇ ਹੀ ਚਾਹੁੰਦੇ ਸੀ ਵੀ ਅੱਗੇ ਜਾਈਏ, ਪਰ ਮੇਰੀ ਇਹੀ ਆਸ ਸੀਗੀ ਮੈਂ ਪੰਜਾਬ ਵਿੱਚੋਂ ਮੈਰਿਟ 'ਚ ਤਾਂ ਪੱਕਾ ਹੀ ਆਉਣਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਨਾ। ਧੰਨਵਾਦ ਜੀ, ਸਾਨੂੰ ਪੁੱਤਾਂ ਤੋਂ ਵੱਧ ਪਿਆਰੀ ਹੈ, ਅਸੀਂ ਬੇਟੇ ਦੀ ਆਸ ਨਹੀਂ ਰੱਖੀ, ਅਸੀਂ ਇਹਨਾਂ ਦੋਵੇਂ ਬੇਟੀਆਂ ਦੀ ਰੱਖੀ। ਸ਼ੁਰੂ ਤਾਂ ਇਹ ਪਿਪਲੀਆਂ ਸਕੂਲ 'ਚ ਪੜ੍ਹਦੀ ਸੀ, ਪਹਿਲੀ ਕਲਾਸ 'ਚ ਅਮਰਜੀਤ ਮੈਡਮ ਅਤੇ ਗੁਰਦੀਪ ਸਰ ਪੜ੍ਹਾਉਂਦੇ ਹੁੰਦੇ, ਉਹ ਕਹਿਣ ਲੱਗੇ ਮਾਤਾ, ਮੈਂ ਕਹਿ ਦਿੰਦੀ ਵੀ ਇਹਨੂੰ ਕਿਸੇ ਟਿਊਸ਼ਨ 'ਤੇ ਛੱਡਿਆ ਵਾਂ ਕਿਤੇ ਉਰਾਂ ਪਰਾਂ, ਕਹਿ ਦਿੰਦੇ ਵੀ ਨਹੀਂ ਇਹਨੂੰ ਕਿਤੇ ਨਹੀਂ ਛੱਡਣਾ, ਇਹ ਸ਼ੁਰੂ ਤੋਂ ਹੀ ਪੜ੍ਹੀ ਹੈ, ਕਿਤੇ ਕਿਤਾਬ ਚੱਕ ਕੇ ਨਹੀਂ ਗਈ, ਕਿਤੇ ਨਹੀਂ ਗਈ, ਘਰ 'ਚੋਂ ਬੈਠੀ ਨੇ ਪੜ੍ਹੀ ਜਾਣਾ, ਇਹਨੂੰ ਖਾਣਾ ਮੈਂ ਦੇਣਾ ਕਰਕੇ ਬੈਠੀ ਪੜ੍ਹ ਕੇ MS ਦਾ ਪੇਪਰ ਕੱਢ ਗਈ, ਫਿਰ ਜ਼ਿਲ੍ਹੇ 'ਚੋਂ ਕੱਢ ਗਈ ਸਾਰੇ ਪੇਪਰ, ਸਾਬੋ ਕਿਤਲ ਮੰਡੀ ਦਾ ਯੂਨੀਵਰਸਿਟੀ ਸਕੂਲ ਦਾ ਪੇਪਰ ਕੱਢ ਗਈ, ਹੁਣ ਇਹ ਮੰਡਾਲੀ ਸਕੂਲ ਦਾ ਨਾਂ ਰੋਸ਼ਨ ਕਰ ਗਈ। 9ਵੀਂ 10ਵੀਂ ਕਲਾਸ ਇਹਨੇ ਐਂ ਕੱਢੀ, ਹੁਣ ਵੀ ਇਹ ਸਰਾਂ ਦਾ ਧੰਨਵਾਦ ਜੀ ਨੇ ਇਹਨੂੰ ਪੜ੍ਹਾਇਆ। ਮਤਲਬ ਸਕੂਲ ਕਾਫੀ ਦੂਰ ਆ, ਫਿਰ ਕਿਵੇਂ ਜਾਂਦੇ ਨੇ ਇਹਨੂੰ ਜੀ? ਸਾਰਾ ਆਪ ਹੀ ਲੈ ਕੇ ਜਾਂਦੇ ਸੀ, ਸਾਰੀ ਛੱਡ ਕੇ ਜਾਂਦੇ ਸੀ,
नहीं जी इहदा डैडी छड्डा आउंदा सी, डैडी लै आउंदा सी, स्कूटरी भी जानदी है, मोटरसाइकिल भी जानदी है, भी उह आए कहिंदे भी चल कन्नी गुड्डी कित्थे जाऊगी। सारा समझ सरां दी धन्नवाद उहनां ने इहदे कैसा अंत पाया। हुण छोटी गुड़िया नूं भी लै के जांदे हड्ड सर, हुण भी उह नाल ही लै के जांदे ने। ਤੇ ਮਦਾ ਇਹ ਜਿਹੜੇ ਬੱਚੇ ਨੇ ਹੋਰ ਵੀ ਤੁਹਾਡੇ ਪਿੰਡ ਉੱਥੇ ਮੰਡਾਲੀ? ਹਾਂ ਉਹ ਵੀ ਜੀ ਲੈ ਜਾਂਦੇ ਸਾਰਾ, ਛੱਡ ਵੀ ਜਾਂਦੇ ਨੇ, ਲੈ ਵੀ ਜਾਂਦੇ ਨੇ ਸਾਰੇ ਸਾਰਾ। ਇੱਕ ਸੰਦੀਪ ਸਾਰਾ ਖਾਰੇ ਤੋਂ, ਉਹ ਬਹੁਤ ਕਿੰਨੀ ਖੁਸ਼ੀ ਹੈ ਤੀ ਤੇ ਬੜੀ ਖੁਸ਼ੀ ਹੈ ਜੀ। ਸਭ ਦੀਆਂ ਧੀਆਂ ਆਈਆਂ ਹੁਣ ਜੀ, ਸਭ ਨੂੰ ਧੰਨਵਾਦ ਆ ਪੜਾਉਣ ਵਾਲੇ ਟੀਚਰਾਂ ਨੂੰ। ਸਭ ਤੋਂ ਵੱਡੀ ਸਾਨੂੰ ਖੁਸ਼ੀ ਹੈ ਵੀ ਸਾਡੀ ਧੀ ਸਾਡੇ ਪੁੱਤਾਂ ਬਰਾਬਰ, ਬੇਟਾ ਵੀ ਕੰਨਾ ਸੀ ਤੇ ਗਾਹਾਂ ਬੇਟੀਆਂ ਵੀ ਮੇਰੇ ਪੋਤੀਆਂ ਤੋਂ, ਸਾਨੂੰ ਇਹੀ ਪੁੱਤ ਹੈ, ਇਹੀ ਪੁੱਤ ਹੈ, ਸਭ ਕੁਛ ਇਹੀ। चंगे नतीजे आए हो जिथे बच्चों की कोई मैरिट आई हो माहौल जोगा जी, धन्यवाद, बहुत 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 धन्यवाद। समुचे नगर में की नाम है जी? मेरा नाम विनय है, इंचार्ज सरकारी सीनियर सेकेंडरी स्कूल जोगा कुड़िया जिला मानसा। साडियां विद्यार्थियों ने मैरिट दे विच स्थान हासिल किया है, इस करके समुचे पिंड वालों उन्होंने विद्यार्थियों का सन्मान किया जा रहा है। ये विद्यार्थियों जिन्हों की जिला पद्धर से दूजी से सत्तवीं पोजिशन आई है, तो पंजाब पद्धर से मैरिट के छब्बीवीं पोजिशन आई है। जिहड़ा सरकारी सीनियर सैकेंडरी स्कूल कुड़िया जोगा कामरेड जगीर सिंह जोगा साबका MLA उन्होंने द्वारा बनाया गया यह स्कूल है, उन्होंने स्कूल के विकास के बहुत व्डा उन्होंने जोर लगाया सी, तो उन्होंने पूर्णियां चलते हुए असी इस स्कूल होर अगे लैके जाने का यतन कर रहे हैं। साडियां विद्यार्थियां हर साल नैशनल पद्धर से नैटबॉल के फुटबॉल जांदियां ने, ते नाल ही विद्या खेत्र के भी मल्ला मार दिया ने। इस बार भी साढ़े दसवीं अठवीं बारहवीं के नतीजे बहुत शानदार आए हैं। बारहवीं के भी साढ़े 90% तो वध वाले लगभग 10 बच्चे ने, ते हाईएस्ट नंबर साढ़े 96% आए हैं। सरकारी स्कूल के हो के विद्यार्थियों ने जिन्ना माण जिन्ना इस इलाके लिए खटिया साढ़े लिए खटिया वो वाकई काबिले तारीफ है। साडा स्टाफ दिन रात एक करके इन्हां बच्चों पढ़ा रहा है बिना किसी फीस तो बिना किसी फंडा तो। साढ़े हर कमरे के प्रोजैक्टर लगे है, डिजिटल तरीके पढ़ाई हो रही है। खेड के मैदान के भी इन विद्यार्थियों ने काफ़ी ज़्यादा तरक्की काफ़ी ज़्यादा मल्ला मारिया ने। इस करके समुचा नगर समुची नगर पंचायत समुचा जिहड़ा स्टाफ है वह वधाई का पात्र है, तो असं उम्मीद करते हैं कि असी भविष्य के भी इस तो चंगे नतीजे देवे। असी अपनी पूरी तनदेही अगले साल इन्होंने मैरिटा की गिनती को वधाने की कोशिश करा।